ਇਧਰੋਂ ਕੱਢ ਲਾ ਕੱਢ ਲਾ ਮਾ ਸਹੀ ਹੈ ਸਹੀ ਹੈ ਆ ਵੀ ਪਾਣੀ ਚ ਰੋੜ ਰੋੜ ਕੇ ਆਈ ਆ ਚੱਕ ਆ ਮੁੰਡੇ ਕਹਿੰਦਾ ਪੀਣਾ ਦੁੱਧ ਲੋ ਭਾਈ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਤੇ ਅੱਜ ਆਪਾਂ ਚੱਲੇ ਆ ਜੀ ਮਨਾਲੀ ਮੁੰਡੇ ਦਾ ਜੀ ਸੀਗਾ ਆ ਮੁੰਡੇ ਦਾ ਕਹਿੰਦਾ ਮਨਾਲੀ ਜਾਣਾ ਮਨਾਲੀ ਜਾਣਾ ਮੈਂ ਵੀ ਕਿਹਾ ਸੀ ਕਿ ਤਾਂ ਹੋਰ ਚੱਲਦੇ ਨਵੀਂ ਜਗ੍ਹਾ ਜਾਵਾਂ ਕਿਉਂਕਿ ਮਨਾਲੀ ਆਲਰੇਡੀ ਗਏ ਹਾਂ ਤਿੰਨ ਚਾਰ ਵਾਰੀ ਆਹ ਕਹਿੰਦਾ ਨਹੀਂ ਆਪਾਂ ਮਨਾਲੀ ਜਾਣਾ ਆ ਬਾਈ ਯਾਰੀ ਚੱਲੇ ਸਾਡੇ ਨਾਲ ਪਹਿਲੀ ਵਾਰੀ ਇਹ ਮਨਾਲੀ ਪਹਿਲੀ ਵਾਰ ਚੱਲੇ ਆਹ ਹਾਂ ਇਹ ਮਨਾਲੀ ਪਹਿਲੀ ਵਾਰ ਚੱਲੇ ਤੇ ਭਾਈ ਦੇਖਦੇ ਹਾਂ ਸ਼ੁਰੂ ਕਰਦੇ ਹਾਂ ਦੋ ਮੁੰਡਿਆਂ ਨੇ ਹੋਰ ਜਾਣਾ ਉਹ ਆ ਰਹੇ ਹਜੇ ਆਉਣਗੇ 15-20 ਮਿੰਟ ਤੱਕ ਬਾਕੀ ਤਦ ਤੱਕ ਆਪਾਂ ਕੁਝ ਖਾ ਪੀ ਲਈਏ ਤੇ ਇਹਨਾਂ ਨੇ ਪਤਾ ਨਹੀਂ ਕਿਹੜੀ ਆਈਟਮ ਜੀ ਪੇਸ਼ ਕੀਤੀ ਹੈ ਇੱਥੇ ਕਹਿੰਦੇ ਭਾਈ ਬੋਲਟ ਨੇ ਬੜੇ ਫੇਮਸ ਹੈ ਕਿੱਥੇ ਦੇ ਨੇ ਮਰਿੰਡੇ ਦੇ ਕਹਿੰਦੇ ਮਰਿੰਡੇ ਦੇ ਬੜੇ ਫੇਮਸ ਨੇ ਬੋਲਟ ਖਾ ਪੀ ਕੇ ਐ ਪੇਟ ਪੂਜਾ ਕਰਕੇ ਆਪਾਂ ਫਿਰ ਨਿਕਲਦੇ ਹਾਂ ਆਪਾਂ ਨੂੰ ਉੱਤੇ ਮਨਾਲੀ ਚਲੋ ਗਰਮ ਆ ਓਏ ਆ ਭਾਈ ਜੀ ਗੋਲ ਗੱਪੇ ਖਵਾ ਦੇ ਹੁਣ ਕਹਿਣ ਆ ਲੋ ਜੀ ਆਪਾਂ ਫਾਈਨਲੀ ਨਿਕਲੇ ਟਾਈਮ ਹੋ ਗਿਆ 11:40 3 ਵਜੇ ਦਾ ਪਲਾਨ ਸੀ ਆ ਮੁੰਡੇ ਨੇ ਕਿਹਾ 3 ਵਜੇ ਉਹ ਮੁੰਡਾ ਆਇਆ ਰਾਤੀ 11 ਵਜੇ ਉਹ ਤਾਂ ਚਲੋ ਪਹਿਲਾਂ ਹੀ ਸੀਗਾ ਤੇ ਬਹੁਤਾ ਨਹੀਂ ਬਸ ਆਪਾਂ 6 ਘੰਟੇ ਲੇਟ ਆ 5-6 ਘੰਟੇ ਚਲੋ ਕੋਈ ਚੱਕਰ ਨਹੀਂ ਬਾਕੀ ਐਟਲੀਸਟ ਸਟਾਰਟ ਹੋਇਆ ਟ੍ਰਿਪ ਸਟਾਰਟ ਕਰਦੇ ਹਾਂ ਲਿਖਦੇ ਹਾਂ ਤੇ ਆਪਾਂ ਬਸ ਸੜਕਾਂ ਲੈ ਜਾਂਦੇ ਬਸ ਹੁਣ ਸਿੱਧਾ ਜਾਣੇ ਆਪਾਂ ਮਨਾਲੀ ਆ ਮਨੀਕਰਨ ਜਾਣਾ ਨਾ ਪਹਿਲਾਂ ਆਪਾਂ ਮਨੀਕਰਨ ਸਾਹਿਬ ਫਿਰ ਆਪਾਂ ਗੁਰਦੁਆਰਾ ਜਾ ਕੇ ਇਸ਼ਨਾਨ ਵਗੈਰਾ ਕਰਕੇ ਫਿਰ ਆਪਾਂ ਪਹੁੰਚ ਮਨਾਲੀ ਤੇ ਚਲੋ ਵਧੀਆ ਸੜਕ ਹੈ ਦੇਖ ਡਬਲ ਡਬਲ ਲੇਨ ਹੈ ਫਿਰ ਵੀ ਨਾ ਇਹਨਾਂ ਨੇ ਸਪੀਡ ਕੈਮਰੇ ਲਾ ਰੱਖੇ 50-60 ਦੀ ਜ਼ੋਨ ਹੈ ਹਾਂ ਜੀ ਸੜਕ ਇੰਨੀ ਵਧੀਆ ਬਣਾ ਦਿੱਤੀ ਬਸ ਸਾਡੇ ਕੈਮਰੇ ਲਾ ਦਿੱਤੇ ਨਾ ਇਹਨਾਂ ਨੇ ਹਾਂ ਹਾਂ ਸਪੀਡ ਕੈਮਰੇ ਲਾ ਦਿੱਤੇ ਇਹਨਾਂ ਨੇ ਆਪਣਾ ਚਲੋ ਹੌਲੀ ਹੌਲੀ ਜਾ ਰਹੇ ਹਨ ਲੇਕਿਨ ਸੜਕਾਂ ਬਹੁਤ ਓਕੇ ਬਣ ਗਿਆ 2 ਆਵਰਸ ਲੇਟਰ ਇਧਰੋਂ ਕੱਢ ਲਾ ਕੱਢ ਲਾ ਮਾ ਸਹੀ ਹੈ ਸਹੀ ਹੈ ਯਾਰਾ ਸਾਰੀ ਨਾ ਲੈਂਡਸਲਾਈਡ ਹੋਈ ਵੀ ਇੱਥੇ ਸਾਰੀ ਆ ਥੱਲੇ ਜਿਹਾ ਸੜਕ ਸੀਗੀ ਸਾਰੀ ਗੈਪ ਹੈ ਟੈਂਪਰੇਰੀ ਜਿਹੀ ਬਣਾਈ ਵੀ ਇਹਨਾਂ ਨੇ ਲੋ ਜੀ ਆਪਾਂ ਪਹੁੰਚ ਗਏ ਗੁਰਦੁਆਰਾ ਮਨੀਕਰਨ ਸਾਹਿਬ ਅਤੇ ਰਾਤ ਦੇ ਵਜੇ 5 ਟੈਂਪਰੇਚਰ ਹੈਗਾ ਉਰੇ -3 ਡਿਗਰੀ ਠੀਕ ਹੈ ਓਕੇ ਹੈ ਹਵਾ ਹੈ ਥੋੜ੍ਹੀ ਬਹੁਤੀ ਬਾਕੀ ਪਾਣੀ ਤਾਂ ਤੁਹਾਨੂੰ ਪਤਾ ਇੱਥੇ ਚੱਲਦਾ ਹੀ ਰਹਿੰਦਾ ਹੈ ਸਰ ਸਰ ਕਰਦੇ ਇੱਥੇ ਜੋ ਵੀ ਲੰਗਰ ਵਗੈਰਾ ਬਣਦਾ ਨਾ ਗੁਰਦੁਆਰਾ ਸਾਹਿਬ ਦਾ ਤੇ ਇੱਥੇ ਦਾ ਸਾਰਾ ਇਸੇ ਚੀਜ਼ ਬਣਦਾ ਫਿਰ ਉਹ ਗੁਰਦੁਆਰਾ ਸਾਹਿਬ ਉੱਥੋਂ ਆਪਾਂ ਨਿਕਲ ਕੇ ਅਤੇ ਇੱਥੇ ਸ਼ਿਵਜੀ ਮਹਾਰਾਜ ਦਾ ਮੰਦਿਰ ਹੈਗਾ ਅਤੇ ਆਪਾਂ ਗੁਰਦੁਆਰਾ ਸਾਹਿਬ ਜਾ ਕੇ ਮੰਦਿਰ ਜਾ ਕੇ ਮੱਥਾ ਟੇਕ ਲਿਆ ਅਤੇ ਹੁਣ ਆਪਾਂ ਚੱਲਦੇ ਹਾਂ ਮਨਾਲੀ ਨੂੰ ਅਤੇ ਰਸਤੇ 'ਚ ਯਾਰ ਸੜਕ ਬਹੁਤ ਖਰਾਬ ਹੈ ਮਤਲਬ ਕਿ ਬੁੰਟਰ ਤੱਕ ਸਹੀ ਹੈ ਬੁੰਟਰ ਤੋਂ ਬਾਅਦ ਨਾ ਜਿੱਥੇ ਆਪਾਂ ਮਨੀਕਰਨ ਸਾਹਿਬ ਨੂੰ ਮੁੜਦੇ ਹਾਂ 30-40 ਕਿਲੋਮੀਟਰ ਉਹ ਸੜਕ ਬਹੁਤ ਖਰਾਬ ਹੈ ਲੈਂਡਸਲਾਈਡਿੰਗ ਵਗੈਰਾ ਬਹੁਤ ਹੋਈ ਪਈ ਜਦੋਂ ਆਪਣੀ ਲਾਸਟ ਆਪਣੇ ਮੌਨਸੂਨ 'ਚ ਬਰਸਾਤਾਂ ਦਾ ਇੱਥੇ ਬਹੁਤ ਨੁਕਸਾਨ ਹੋਇਆ ਸੜਕ ਦਾ ਅਤੇ ਗੁਰਦੁਆਰਾ ਸਾਹਿਬ ਸਹੀ ਆ ਓਕੇ ਆ ਪੁੱਲ ਵਗੈਰਾ ਸਭ ਕੁਝ ਓਕੇ ਬਟ ਸੜਕ ਦਾ ਬਹੁਤ ਨੁਕਸਾਨ ਹੋਇਆ ਅਤੇ ਉਹਦੇ ਕਰਕੇ ਸਾਨੂੰ 1.5-2 ਘੰਟੇ ਲੱਗ ਗਏ 30 ਕਿਲੋਮੀਟਰ ਨੂੰ ਮਤਲਬ ਕੱਚੀ ਸੜਕਾਂ ਹੀ ਆ ਅਤੇ ਬਣਾ ਰਹੇ ਨੇ ਅਗਲੇ ਅਤੇ ਬਟ ਦੇਖੋ ਨੁਕਸਾਨ ਤਾਂ ਬਾਕੀ ਬਾਕੀ ਦਰਸ਼ਨ ਵਧੀਆ ਹੋ ਗਏ ਗੁਰਦੁਆਰਾ ਸਾਹਿਬ ਮੱਥਾ ਟੇਕ ਲਿਆ ਮੰਦਿਰ ਵੀ ਦੇਖ ਲਿਆ ਹੁਣ ਆਪਾਂ ਅੱਗੇ ਚੱਲਾਂਗੇ ਮਨਾਲੀ
देखो आह मेन हाईवे है मनाली वाला तो देखो सारी सड़क उ अपना लैंड स्लाइडिंग हुई पी जिते लास्ट टाइम द मानसून करके मतलब क्या सड़क का बहुत नुकसान होया वा इतने तो बाकी ठीक है मणिकरण साइड वाली ज़्यादा खराब हुई थी मनाली का थोड़ा जी टोटा आ बाकी इतने हूँ एक फोटो फूटो खिंचते हैं एक दो आप शॉर्ट लैने ड्रोन दे बाकी रही देखो जिम्मे बस फसी उ सारी लैंड स्लाइड हुई है कि बाई जी कहते उ गड्डी ना लो फिर आप गड्डी थले ले उतो उपरों गिरद रहने पत्थर ज आ चक फोटो दे तू अपने वाले ही कड़ा हटते हैं मुंडे का सलाह बन गई कहते लेना ही लेना है हूं ही लैके जाना मैं बाद लै जो कहते नहीं हूं ही लैके जाना देखते हैं फिर राइड भी किवें दी होंगी एक्सपीरियंस कहते बंदे तगड़े सिलेंडर नवा लाओ पता लग जू कि गुच्चा जाता कह दे पै रहा है 500 फुट कह रहा है 500 फुट कह रहा है कैंसल जो करता एक तो हाइट जी नहीं गया इन्ना उच्चा दूजा आप जो पहले बंदे गए थे उन्होंने तो पूछा कहते ओके ओके रिस्पोंस वधिया लगे मैं चल आप फिर देखते हैं आज निकली है फिर बस का देखो क्या हाल है अभी पानी च रुड़ रुड़ के आई है मनाली माल रोड गड्डी गुड्डी ला दी आप पार्किंग से पहला यार खा लिए भुख लग रही है फिर तो कुछ नहीं खाधा तो बारह बज गए पहले कुछ खा लिए फिर आप रूम नाम लें फिर आप त्यार शेयर हो गए फिर आने गिड़ी गिड़ी मार तो माल रोड के नज़ारे इस टाइम भी काफ़ी रौनक है ब्रदर ਉਹੀ ਤਾਂ ਆਪਾਂ ਹੁਣ ਰੋਟੀ ਰੁਟੀ ਤੇ ਖਾ ਲਈ ਅਤੇ ਮਿਰਚ ਬੋਲ ਸੀ ਰੋਟੀ 'ਚ ਆਪਾਂ ਹੁਣ ਮਿੱਠਾ ਖਾਈਏ ਤਾਂ ਯਾਰ ਸੋਨੇ ਆ 2-3 ਘੰਟੇ ਸੋ ਕੇ ਫਿਰ ਆਉਂਦੇ ਹਾਂ ਯਾਰ ਹੁਣ ਥੱਕੇ ਹੋਏ ਹਾਂ ਬਹੁਤ ਸੋ ਕੇ ਆਉਂਦੇ ਹਾਂ ਫਿਰ ਵਾਪਸ ਸੋ ਗਏ ਪੂਰੇ ਐਨ ਕੈਮੋ ਕੈਮ ਤਿਆਰ ਸ਼ਿਆਰ ਹੋ ਗਏ ਯਾਰ ਕਮਰੇ ਦਾ ਵਿਊ ਦੇਖੋ ਤੁਹਾਨੂੰ ਪਹਿਲਾਂ ਦੇਖ ਆਹ ਕਮਰਾ ਆ ਇਹ ਸਾਡੇ ਨਾਲ ਦੇ ਆਹ ਤੇ ਨਾਲ ਦੀ ਸੀਟਿੰਗ ਨਹੀਂ ਘੈਂਟ ਦੇ ਰਾਤੀ ਹੁਣ ਪੂਰਾ ਲੈਟੋ ਲੈਟ ਹੋ ਜਾਣਾ ਉੱਥੇ ਕੰਮ 'ਚ हाँ जी सर जी सत श्रीकाल हो गई नहीं नींद पूरी 2-3 घंटे यार बढ़िया सो गए होटल से आ गए नहा धो गए तो उन्होंने बाद देखते हैं माल रोड भी लाने आप गिड़िया छेड़िया खाने पीने यार बहुत भूख लग रही उदो खा लिया लेकिन उन्होंने मज़ा जहाँ नहीं आया थके थके तुम ना तो उस बस उस पेट भरन की गल की हम आप बढ़िया खावे तो
ਬਾਕੀ ਦੇਖਦੇ ਹਾਂ ਹੁਣ ਬਾਈ ਵੀ ਕਹਿੰਦੇ ਮਨਾਲੀ ਨੂੰ ਯਾਰ ਹਿਲ ਸਟੇਸ਼ਨ ਬਾਕੀ ਗੱਲਾਂ ਓਕੇ ਆਹ ਪੌੜੀਆਂ ਮਾਰ ਜਾਂਦੀਆਂ ਬੰਦੇ ਨੂੰ ਓ ਮਾਈ ਗਾਡ ਜਿੱਥੇ ਜਾਓ ਪੌੜੀ ਜਿੱਥੇ ਜਾਓ ਪੌੜੀ ਬੰਦਾ ਉਹੀ ਥੱਕ ਜਾਂਦਾ ਆਏ ਓਏ गर्म है यार मुझे बेकार सी मजा नहीं आया खाने में ना चिकन का पेट टूट गया चिकन ही यार कुछ हो ही गई है बैच ले लो बैच ले लो ये हल्दी अग लगी आप ट्राई करते हैं यार आ भी सही है 100 वाला अपने लाफिंग लो मुंडे आ ट्राई करो मोमोज का स्प्रिंग रोल बिगाड़ के ऑमलेट ਵਧੀਆ ਇੱਥੇ ਲੈ ਲੈ ਇਹਦੀ ਕੌਫ ਲੈ ਯਾਰ ਲਾਫਿੰਗ ਵਧੀਆ ਆ ਦੋ ਕੀ ਆ ਕੋਲ ਪਹਾੜੀ ਕੁੱਟੋ ਦੇ ਕਿੱਡਾ ਭਾਰੇ ਪਰ ਹੁੰਦਾ ਨਾ ਆ ਦੇ ਕਿੱਡਾ ਪੱਲਿਆ ਹੋਇਆ ਆ ਜਾ ਜਾ ਇਹ ਫੜ ਲੈ ਇਹਨੂੰ ਆ ਬੰਦਾ ਵਾ ਪੂਰਾ ਹਾਂਜੀ ਤੋਪ ਸ਼ੂਗਰ ਫ੍ਰੀ ਆ ਸਟਾਰਟ जिदा जिदा रात हो रही है लाइटिंग लुटिंग चल रही है उदा तो वाइब वधिया हो ही जा रही है मतलब कि दिने भी ठीक है मोल असीं दुपहरे आए सी क्योंकि 11-12 बजे गेड़ा लाया एक तो उदो भी रश सीगा बट यार जो रात का स्वाद है ना वो नहीं है भाई किता पावा जी ठीक है हां ठीक है टीवी माड़ी है माने नहीं सही है बॉम्बे बॉम्बे वाली देखे हैं अपने पटियाले ओ यार फिर चंगी तरह मैच करते हैं ना मतलब कि सब्जी तरह की बनाई हुई है पर ठीक है गुड बेटर देन हाइड अपन मुझे खाते हैं ओदे नाल तो बढ़िया यार आ काम किता ना आ काम आ सही है व्हाइट सॉस पास्ता कंपेयर टू अदर चीजें बहुत बढ़िया मनाली चाट कॉर्नर दी वाइट सॉस पास्ता वाइट सॉस पास्ता बाकी फर्स्ट टाइम ट्राई किया ठीक लगे पहले कभी किया नहीं ट्राई बाकी आ एक नंबर चीज है छोटे छोटे गुलाब होने बड़े घंट लगते हैं गरम गरम है भाई और स्कूल बार खड़े होंगे है ना रोज जाना आप खाने यहाँ हैदराबादी बिरयानी कहते मुंडे कहते खानी वह नहीं था ओके सो नेक्स्ट चार्जेस दिस इज योर आइसक्रीम टेक अ फोर वेरी गुड बत्ती रंगते पगुणा ले मैं तेरा जो जोड़ा सुना ले आओ आओ खाता पगुणा ले रात से मुझे कहते खाना कुछ मीठा या फिर पान फायर पान लभ रहे फायर पान लभ गए ठीक है फिर पान गजरेला यार खाना नहीं जी गुलाब जामुन गजरेला यार रोटी रोटी खा ली माहौल तो देख लो
चल रही है इस टाइम भी हाई भी रौनक है पूरी रात 10:30 हो गए। ओ आ रहा तेरा पान खाना खाना आ रहा चक आ रहा है गजरेला हलवा दुध ले दुध लेना मूंग दाल का हलवा गर्मा गर्म मिठा बहुत है यार है मिठा जहा लेकिन स्वाद बट स्वाद है हाँ है तो मिठा बट स्वाद कहते गेड़ा शेड़ा तो ला के हूँ आप फिर चले होटल में उ सामने साडा होटल है जी लाइटा जी चल रही सामने उही बस 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 यार पौड़िया की मार ही है बाकी बाकी तो ओके चल तुरना हो पैदा तो भी होटल आ गए अपने बैठन बुठन का कहना माहौल एकदम अंदर मैंने याद है 2017-18 आया सी बाली महफिल लगी थी इतने पूरा ग्रुप आया से कोई बस आई थी तो बाली कॉलेज वाले थे बहुत नज़ारा आया से उदों तो हूँ आया 5-6 साल बाद आया ए वाले होटल तो लो जी अज का दिन तो निकल गया तो पूरा दिन आप मनाली रहे घूमे फिरे सवेरे आप गए थे मणिकरण साहब तो आप मनाली तो कल आप सवेरे जावे रोहतांग वाल रोहतांग जितने तक अपने रस्ते खुले उतों तक जावे तो अटल टनल वगैरह आएगी कल थोड़ी बहुत देखा एक्टिविटी वगैरह करा जो घूम रहा कुछ जो वजिया स्नो हुई तो नहीं तो घूम फिर के वापस आना अपना की अज सोने थक गए कल भी सुते नहीं गए तो अब हम सो गए सवेरे आप छेद ही जावे क्योंकि सवेरे अभी जब आए थे ट्रैफिक बहुत सगा सवेरे निकला छेद हूँ ठंड हो गई है माइनस टैंपरेचर है -3-4 ठीक है सवेरे 5-6 होंगे हूँ इस टाइम -4-2-3 ओके है बर्फ इतने मनाली तो है नहीं अगे हैगी मतलब रोहतांग वाल ओबियस की गल है जो भी आओ इतने होंगी नहीं लास्ट 2 साल पहले आए थी भी इन्नी की सी तो उस तो पहला आया से मैं 2018-17 भी इन्नी की अगे ही मिलती है इतने मनाली तो ये दिन से नहीं मिलती हूँ आप कल देखते हैं कल अगे चलते हैं फिर तो हूँ ली गुड नाइट हो गया फिर ਜੇ ਪਾਣੀ ਰਹਿ ਗਿਆ ਨੇ ਤੇ ਲਾਸਟ ਟਾਈਮ ਭਾਈ ਕਹਿੰਦਾ ਮੇਰੇ ਇੱਥੇ ਥੜੇ ਤੱਕ ਆ ਗਿਆ ਸੀ ਪਾਣੀ ਪੈਰ ਕਿਤੇ ਫਸ ਗਿਆ ਭਾਈ ਬਹੁਤ ਜ਼ੋਰ ਨਹੀਂ ਰਿਹਾ ਮੋਏ ਮੋਏ ਹੋ ਗਿਆ ਮੇਰਾ ਤਾਂ ਥੱਲੀ ਸਿੱਧੀ ਖਾਈ ਹੋਈ ਹੈ ਹਾਂਜੀ ਆਈ ਹੋਪ ਤੁਹਾਨੂੰ ਵਧੀਆ ਲੱਗੀ ਹੋਏਗੀ ਪਾਰਟ 1 ਵੀਡੀਓ ਮਨਾਲੀ ਦੀ ਪਾਰਟ 2 ਵੀ ਆਏਗਾ ਇਹਦਾ ਵੱਡੀ ਪਹਿਲਾਂ ਇੱਕ ਸੋਚਿਆ ਸੀ ਇੱਕ ਕਰਦਾ ਪਰ ਬਹੁਤ ਵੱਡੀ ਹੋ ਜਾਂਦੀ ਉਹ 30 ਮਿੰਟ ਦੇ ਨੇੜੇ ਤੇੜੇ ਹੋ ਜਾਂਦੀ ਨੈਕਸਟ ਡੇ ਬਹੁਤ ਵਧੀਆ ਆ ਆਪਾਂ ਬਹੁਤ ਸਾਰੀ ਐਕਟੀਵਿਟੀ ਕੀਤੀਆਂ ਆਪਾਂ ਪੈਰਾਗਲਾਈਡਿੰਗ ਵੀ ਕੀਤੀ ਇਹਦੇ ਵਿੱਚ ਇੱਕ ਅੱਧੀ ਵਾਰ ਆਪਾਂ ਗਿਰੇ ਵੀ ਉਹ ਵੀ ਦੇਖਿਓ ਉਹ ਜਲਦੀ ਮੈਂ ਪਾਵਾਂਗਾ 4 ਟਾਈਮ ਆ ਮੈਂ ਪਾ ਰਿਹਾ ਵਲੋਗ ਮੈਨੂੰ ਲੱਗਦਾ 3-4 ਮਹੀਨੇ ਹੋ ਗਏ ਹੋਣੇ ਕੋਈ ਚੱਕਰ ਸੀਗਾ ਹੁਣ ਆਪਾਂ ਫਿਰ ਆ ਗਏ ਬੈਕ ਟੂ ਟ੍ਰੈਕ ਕੋਸ਼ਿਸ਼ ਕਰਾਂਗਾ ਹਰ ਹਫਤੇ ਇੱਕ ਦੀ ਵੀਡੀਓ ਪੈ ਜਾਇਆ ਕਰੇਗੀ ਪਰ ਜਿਹੜੇ ਪਹਿਲੀ ਵਾਰ ਦੇਖ ਰਹੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਬਹੁਤ ਘੁੰਮਣ ਫਿਰਨ ਦੀ ਆਪਾਂ ਪਾਉਂਦੇ ਰਹਿੰਦੇ ਹਾਂ ਖਾਣ ਪੀਣ ਦੀ ਪਾਉਂਦੇ ਰਹਿੰਦੇ ਹਾਂ ਖਾਣ ਪੀਣਾ ਆਪਣਾ ਮੇਨ ਵਰਡ ਜਿਹੜਾ ਹੈਗਾ ਇੱਕ ਚੱਕਿਆ ਪਿਆ ਇਹਨਾਂ ਨੇ ਵੀਡੀਓ 'ਚ ਬਾਕੀ ਸਬਸਕ੍ਰਾਈਬ ਕਰ ਲਿਓ ਲਾਈਕ ਕਰ ਲਿਓ ਅਤੇ ਜੇ ਸ਼ੇਅਰ ਕਰਨੀ ਹੋਈ ਸ਼ੇਅਰ ਵੀ ਕਰ ਲਿਓ ਆਪਣੀ ਫੈਮਲੀਜ਼ ਨਾਲ ਵਧੀਆ ਕੰਟੈਂਟ ਹੈ ਅਤੇ ਮਿਲਦੇ ਹਾਂ ਆਪਾਂ ਅਗਲੇ ਵਾਰ 'ਚ ਬਾਏ